केंद्र सरकार दे वलों जारी किए जा रहे ने तीन खेती ऑर्डिनेंस जिन्हां नूं मन्निया जा रहा है कि एक किसानी ते किसान विरुद्ध ऑर्डिनेंस ने जिदे नाल पंजाब दा की देश भर दा ही हर एक किसान हर एक मजदूर जिहड़ा आ उह तबाह हो जाएगा, सूबियां दे अपने अधिकार खत्म हो जाएंगे। जी हाँ दोस्तों, अज दी जिहड़ी तरीक आ, हर एक जिहड़ा किसान आ देश भर दा ਉਹ ਇਹਨਾਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਿਹਾ ਹੈ, ਉਹ ਸੜਕਾਂ ਦੇ ਉੱਪਰ ਆ ਗਿਆ ਹੈ, ਸੋਸ਼ਲ ਮੀਡੀਆ ਦੇ ਉੱਪਰ ਵੀ ਨੌਜਵਾਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ, ਲੋਕਾਂ ਦੇ ਵੱਲੋਂ ਇਹਨਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰ ਮੈਜੋਰਿਟੀ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਖੇਤੀ ਆਰਡੀਨੈਂਸ ਹੈ ਕੀ, ਇੰਨਾ ਵੱਡਾ ਇਹਨਾਂ ਦੇ ਨਾਲ ਕੀ ਨੁਕਸਾਨ ਹੋਣ ਜਾ ਰਿਹਾ ਆ, ਕਿ पूरे देश भर के किसान जड़े आ बजुर्ग किसान आ औरतां ने जड़ियां ते मजदूर आ वह सड़कां तक आ गए ने। असल दे विच 5 जून नूं केंद्र दे वल्लों जिहड़े खेती ऑर्डीनेंस आ इह जारी कीते गए सी, ते बीते दिनी इहनां नूं विरोध दे बावजूद भी लोक सभा दे विच बिल दे रूप विच पेश कीता जा चुका है, जिहदे तों बाद इहदा पास होना हुण बाकी है। असल दे विच मुद्दा जिहड़ा आ उह खेती ऑर्डीनेंसां दे राहीं खेती सुधार दा नहीं है, जिवें कि सरकार दे वल्लों कहा जा रहा है कि इहदे नाल खेती दे विच सुधार आवेगा। मुद्दा असल दे विच खेती सैक्टर नूं प्राइवेट कंपनियां दे हत्थ विच करन दा है। जिहड़े तीन ऑर्डीनेंस सरकार दे वल्लों जारी किए गए ने, उन्हां दे विच्चों पहला ऑर्डीनेंस आ एसेंशियल कमोडिटीज़ अमेंडमेंट ऑर्डीनेंस 2020, यानी कि जरूरी वस्तां सोध एक्ट 2020। दूजा आ द फार्मर्स प्रोड्यूस ट्रेड एंड कॉमर्स प्रोमोशन एंड फैसिलिटेशन ऑर्डीनेंस 2020, किसानी उपज व्यापार अते वणज प्रोत्साहन ते सहायक ऑर्डीनेंस 2020। तीजा ऑर्डीनेंस जिहड़ा आ उह है द फार्मर्स एम्पावरमेंट एंड प्रोटेक्शन एग्रीमेंट ऑन प्राइस अश्योरेंस एंड फार्म सर्विसेज ऑर्डीनेंस 2020, यानी कि कीमत गरंटी अते खेती सेवावां संबंधी किसान सशक्तिकरण ते सुरक्षा ऑर्डीनेंस 2020। सब तो पहला आपां गल करांगे इन्हां ऑर्डीनेंसां दे विचों जिहड़ा पहला ऑर्डीनेंस आ जरूरी वस्तां सोध एक्ट 2020, जिहड़ा कि एक पहला कोई एक्ट सी उहदे विच हुण इतिहासिक सोध कीती जा रही है। जरूरी वस्तां दे एक्ट 1955 जो कि 65 साल पुराना एक्ट आ, जां कह लो कानून आ, उहदे विच हुण इतिहासिक सोध जां बदलाव ਹੋਣ ਜਾ ਰਿਹਾ ਹੈ। ਇਸ ਆਰਡੀਨੈਂਸ ਦੇ ਅਨੁਸਾਰ ਜਿਹੜੀਆਂ ਸਾਰੀਆਂ ਕਿਸਮਾਂ ਦੇ ਅਨਾਜ ਆ, ਯਾਨੀ ਕਿ ਕਣਕ, ਦਾਲਾਂ, ਤੇਲ ਬੀਜ, ਖੁਰਾਕੀ ਤੇਲ, ਪਿਆਜ਼, ਆਲੂ, ਅਜਿਹੀਆਂ ਵਸਤਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਦੇ ਵਿੱਚੋਂ, ਉਸ ਲਿਸਟ ਦੇ ਵਿੱਚੋਂ ਹਟਾ ਦਿੱਤਾ ਜਾਵੇਗਾ। ਮਤਲਬ ਕਿ ਜੇਕਰ ਇਹ ਆਰਡੀਨੈਂਸ ਲਾਗੂ ਹੋ ਜਾਂਦਾ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਭੰਡਾਰਨ ਉੱਪਰ, ਇਹਨਾਂ ਨੂੰ ਸਟੋਰ ਕਰਨ ਦੇ ਉੱਪਰ ਕੋਈ ਪਾਬੰਦੀ ਨਹੀਂ ਰਹਿ ਜਾਵੇਗੀ। ਹਾਲਾਂਕਿ ਪਹਿਲਾਂ ਸਟੋਰ ਕਰਨ ਦੀ ਕੋਈ ਲਿਮਿਟ ਹੁੰਦੀ ਸੀ, ਹੁਣ ਉਹ ਲਿਮਿਟ ਹਟਾ ਦਿੱਤੀ ਗਈ ਹੈ। ਕਿਸਾਨ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਜਾਂ ਜਿੱਥੇ ਕੋਈ ਜਗ੍ਹਾ ਆ ਉੱਥੇ ਇਹਨਾਂ ਨੂੰ ਸਟੋਰ ਕਰ ਸਕਦੇ ਨੇ, ਅਤੇ ਜਦੋਂ ਜੀ ਕੀਤਾ ਇਹਨਾਂ ਨੂੰ ਅੱਗੇ ਵੇਚ ਸਕਦੇ ਨੇ। ਵੇਚਣਗੇ ਵੀ ਕਿਹਨਾਂ ਦੇ ਕੋਲ, ਜਿਹੜੇ ਵਪਾਰੀ ਹੈ ਪ੍ਰਾਈਵੇਟ ਕੰਪਨੀਆਂ ਉਹਨਾਂ ਦੇ ਕੋਲ, ਅਤੇ ਪ੍ਰਾਈਵੇਟ ਕੰਪਨੀਆਂ ਇਹਨਾਂ ਨੂੰ ਕਿਸਾਨਾਂ ਤੋਂ ਆਪਣੀ ਮਰਜ਼ੀ ਦੇ ਨਾਲ ਜਿੰਨੀ ਉਹਨਾਂ ਦੀ ਮਰਜ਼ੀ ਹੈ ਉਨੀ ਕੀਮਤ ਦੇ ਉੱਪਰ ਖਰੀਦ ਸਕਦੀਆਂ ਨੇ, ਖਰੀਦ ਕੇ ਇਹਨਾਂ ਤੋਂ ਹੋਰ ਚੀਜ਼ਾਂ ਬਣਾ ਕੇ ਮਹਿੰਗੇ ਮੁੱਲ 'ਤੇ ਇਹਨਾਂ ਨੂੰ ਅੱਗੇ ਵੇਚਣਗੀਆਂ। ਇਹਦੇ ਵਿੱਚ ਮੁਸ਼ਕਿਲ ਕੀ ਹੈ ਹੁਣ ਇਹ ਜਾਣਦੇ ਹਾਂ। ਮੁਸ਼ਕਿਲ ਇਹ ਹੈ ਕਿ ਕਿਸਾਨ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਇੱਕ ਤਾਂ ਜ਼ਿਆਦਾ ਮਾਤਰਾ ਦੇ ਵਿੱਚ ਸਟੋਰ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਘਰਾਂ ਦੇ ਵਿੱਚ ਜਾਂ ਫਿਰ ਬਾਹਰ ਜ਼ਮੀਨਾਂ ਜਿਹੜੀਆਂ ਉਹਨਾਂ ਦੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਹੀ ਨਹੀਂ, ਜਗ੍ਹਾ ਥੋੜ੍ਹੀ ਹੈ, ਅਤੇ ਇੰਨੀ ਜ਼ਿਆਦਾ ਜਿਹੜੀ ਉਪਜ ਹੁੰਦੀ ਹੈ ਫਸਲਾਂ ਦੀ, ਉਹਨੂੰ ਉਹ ਕਿੱਥੇ ਸਾਂਭਣਗੇ, ਉਹਦੀ ਦੇਖ ਰੇਖ ਕਿਵੇਂ ਕਰਨਗੇ? ਹਨੇਰੀ, ਝੱਖੜ ਜਾਂ ਕੋਈ ਮੌਸਮੀ ਖਰਾਬੀ ਆ ਜਾਂਦੀ ਹੈ, ਜਾਂ ਉੱਤੇ ਜਿਹੜਾ ਖਰਚਾ ਹੁੰਦਾ ਹੈ ਉਹ ਕਿੰਨਾ ਕੁ ਕਰਨਗੇ? ਇੱਕ ਫਸਲ ਨੂੰ ਵੇਚ ਕੇ ਦੂਜੀ ਫਸਲ ਦਾ ਜਿਹੜਾ ਸਾਰਾ ਖਰਚਾ ਹੋਣਾ ਹੁੰਦਾ ਹੈ ਉਹ ਪਹਿਲੀ ਫਸਲ ਤੋਂ ਹੀ ਕੱਢਣਾ ਹੁੰਦਾ ਆ। ਇਸ ਕਰਕੇ ਵੈਸੇ ਵੀ ਜਿਹੜੀ ਇੱਕ ਫਸਲ ਨੂੰ ਵੇਚ ਕੇ ਸਾਰੀ ਜਿਹੜੀ ਉਹਦੇ ਤੋਂ ਪੈਸਾ ਆਉਣਾ ਹੁੰਦਾ ਹੈ, ਇਹੋ ਹੀ ਕਿਸਾਨ ਦੀ ਆਮਦਨੀ ਦਾ ਇੱਕੋ ਇੱਕ ਸਾਧਨ ਹੁੰਦਾ ਆ, ਅਤੇ ਜੇਕਰ ਉਹ ਇਹਨੂੰ ਹੀ ਘਰ ਦੇ ਵਿੱਚ ਭੰਡਾਰ ਕਰਕੇ ਰੱਖ ਲਵੇਗਾ ਤਾਂ ਉਹ ਆਪਣੇ ਖਰਚੇ ਜਿਹੜੇ ਆ ਉਹ ਕਿੱਥੋਂ ਚਲਾਵੇਗਾ? ਇਹਦੇ ਤੋਂ ਹੀ ਉਹਨੂੰ 4 ਪੈਸੇ ਮਿਲਣੇ ਹੁੰਦੇ ਨੇ। ਘਰ ਦੇ ਵਿੱਚ ਸਾਂਭ ਕੇ ਉਹਨੇ ਵੈਸੇ ਵੀ ਇਹ ਜਿਹੜੀਆਂ ਫਸਲਾਂ ਆ ਉਹਨਾਂ ਨੂੰ ਕਰਨਾ ਵੀ ਕੀ ਹੈ? ਇਹਨਾਂ ਸਾਰੀਆਂ ਗੈਰ ਜ਼ਰੂਰੀ ਵਸਤਾਂ ਤੋਂ
सरकार का पूरी तरह नाल कंट्रोल हट जाएगा। कंट्रोल किदा आ जाएगा? प्राइवेट सैक्टर का, प्राइवेट कंपनियां का, व्यापारियों का। तो फिर व्यापारी जड़े आ वो अपना ही वध तो वध फायदा सोचणगे। व्यापारी जड़े आ, कंपनियां जड़ियां आ, वो किसान का फायदा नहीं सोचणगे। उत्तों फिर सरकार दे वलों जिहड़ा MSP यानी कि मिनीमम सपोर्ट प्राइज, घट्टो घट्ट समर्थन मुल हटाया जा रहा है। जेकर वो घट्टो घट्ट समर्थन मुल भी हटा दिता गया तो जिहड़े व्यापारी आ जिन्नी उन्होंने जी करदा आ घट तो घट कीमत ते वह किसानां दे कोलों फसलां जां होर जिहड़ियां चीज़ां आ उहनां नूं खरीदणगे। इहदे विच किसान दा कोई भी फायदा नहीं होवेगा, नुकसान ही होवेगा। किसान दे कोलों तां वह सस्ते मुल ते चीज़ां खरीद लैणगे, अग्गे फिर उहनां नूं महंगे भाव दे उत्ते उही चीज़ां नूं वेचणगे। सो इहदे नाल जिहड़ा नुकसान आ उह सिर्फ किसानां नूं नहीं बल्कि जिहड़े आम लोक आ, शहरी लोक आ, उहनां नूं वी होवेगा। उन्हां नूं किवें होवेगा कि जिहड़ी मुनाफाखोरी आ, ज़खीरेबाज़ी आ, इह वध जावेगी। इह तां पहलां तों वी बहुत वधी होई है, ते जदों सरकार दा सारा कंट्रोल हट गया, प्राइवेट कंपनियां नूं खुल मिल गई, तां उह वध तों वध लोकां दी छिल लाउणगे, किसानां दी छिल लाउणगे, उहनां नूं ठगणगे। सो इस जिहड़ा ऑर्डीनेंस आ किसानां नूं कोई भी फायदा देण वाला नहीं है। फिर व्यापारी वर्ग ते कंपनियां दी मुनाफाखोरी दा वाधू दा जिहड़ा वित्ती बोझ आ ਉਹ ਆਮ ਲੋਕਾਂ ਦੇ ਉੱਤੇ ਹੀ ਪਵੇਗਾ, ਉਹ ਵੱਧ ਜਾਵੇਗਾ। ਸੋ ਜੇਕਰ ਇੱਦਾਂ ਦਾ ਹੈ ਵੀ ਤਾਂ ਸਰਕਾਰ ਨੂੰ ਫਿਰ ਵੱਡੇ ਵੱਡੇ ਗੋਦਾਮ ਆ ਜਿਹੜੇ ਜਾਂ ਬਾਕੀ ਦੀਆਂ ਹੋਰ ਸਹੂਲਤਾਂ ਜਾਂ ਖਰਚਾ ਆ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਜੇਕਰ ਇਸ ਆਰਡੀਨੈਂਸ ਨੂੰ ਪਾਸ ਕਰਨਾ ਆ। ਵੈਸੇ ਤਾਂ ਇਹ ਆਰਡੀਨੈਂਸ ਜਿਹੜਾ ਆ ਨਾ ਤਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਆ, ਨਾ ਹੀ ਬਾਕੀ ਲੋਕਾਂ ਦੇ ਹਿੱਤ ਵਿੱਚ ਆ, ਨਾ ਹੀ ਸੂਬੇ ਦੇ ਅਧਿਕਾਰਾਂ ਦੇ ਹਿੱਤ ਵਿੱਚ ਆ। ਦੂਜਾ ਜਿਹੜਾ ਖੇਤੀ ਆਰਡੀਨੈਂਸ ਆ ਉਹ ਹੈ ਕਿਸਾਨੀ ਉਪਜ ਵਪਾਰ ਅਤੇ ਵਣਜ ਪ੍ਰੋਤਸਾਹਨ ਅਤੇ ਸਹਾਇਕ ਆਰਡੀਨੈਂਸ 2020। ਇਸ ਦੂਜੇ ਆਰਡੀਨੈਂਸ ਦੇ ਅਨੁਸਾਰ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਵੀ ਉਤਪਾਦਨ ਨੂੰ ਵੇਚਣ ਅਤੇ ਖਰੀਦਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਜਾਵੇਗੀ, ਜਿਹਦੇ ਵਿੱਚ ਉਹਨਾਂ ਨੂੰ ਆਪਣੀ ਸੁਵਿਧਾ ਦੇ ਹਿਸਾਬ ਨਾਲ ਖੇਤੀਬਾੜੀ ਉਤਪਾਦ ਖਰੀਦਣ ਅਤੇ ਵੇਚਣ ਦੀ ਪੂਰੀ ਆਜ਼ਾਦੀ ਹੋਵੇਗੀ। ਇਹਦੇ ਹਿਸਾਬ ਦੇ ਨਾਲ ਕਿਸਾਨ ਆਪਣੀ ਫਸਲ ਨੂੰ ਰਾਜ ਦੇ ਵਿੱਚ ਕਿਤੇ ਵੀ, ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਵੇਚ ਸਕਦੇ ਨੇ, ਅਤੇ ਜਿਹੜੀਆਂ ਕੰਪਨੀਆਂ ਜਾਂ ਵਪਾਰੀ ਆ ਉਹ ਵੀ ਕਿਸੇ ਵੀ ਹਿੱਸੇ ਦੇ ਵਿੱਚ ਇਸ ਨੂੰ ਖਰੀਦ ਸਕਣਗੇ। ਇਸ ਆਰਡੀਨੈਂਸ ਦੇ ਹਿਸਾਬ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਵਾਜਬ ਕੀਮਤ ਦਵਾਈ ਜਾਵੇਗੀ। ਪਰ ਦੇਖਣ ਵਾਲੀ ਗੱਲ ਇੱਥੇ ਫਿਰ ਉਹੀ ਹੈ ਕਿ ਪ੍ਰਾਈਵੇਟ ਕੰਪਨੀਆਂ ਨੇ, ਵਪਾਰੀਆਂ ਨੇ ਤਾਂ ਕੀਮਤ ਉਨੀ ਲਾਉਣੀ ਜਿੰਨੀ ਉਹਨਾਂ ਨੂੰ ਠੀਕ ਲੱਗੀ, ਉਹਨਾਂ ਨੇ ਘੱਟ ਤੋਂ ਘੱਟ ਲਾਉਣੀ ਉਹ ਲਾਉਣੀ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਵੇਗਾ। ਫਿਰ ਕਿਸਾਨ ਦਾ ਇਹਦੇ ਵਿੱਚ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜਾ ਪਹਿਲਾਂ ਹੀ ਆਪਾਂ ਗੱਲ ਕੀਤੀ ਕਿ MSP ਹਟਾਇਆ ਜਾ ਰਿਹਾ, ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਜ਼ ਹਟਾਇਆ ਜਾ ਰਿਹਾ। ਕਿਸਾਨ ਵਿਚਾਰੇ ਨੂੰ ਜਿੰਨੀ ਵੀ ਕੀਮਤ ਦੇ ਦਿੱਤੀ ਗਈ ਉਸ ਹਿਸਾਬ ਦੇ ਨਾਲ ਉਹਨੇ ਆਪਣੀ ਫਸਲ ਵੇਚ ਹੀ ਦੇਣੀ, ਕਿਉਂਕਿ ਉਸ ਤੋਂ ਬਾਅਦ ਵੀ ਉਹਨੂੰ ਉਹਦਾ ਭੰਡਾਰਨ ਕਰਕੇ ਫਸਲ ਦਾ ਉਹਨੂੰ ਘਰ ਦੇ ਵਿੱਚ ਰੱਖ ਕੇ ਕਿਸਾਨ ਨੂੰ ਕੀ ਮਿਲਣਾ ਆ? ਉਹਨੂੰ ਤਾਂ ਇਹੀ ਹੋਣਾ ਆ ਚਲੋ ਜਿੰਨੇ ਪੈਸੇ ਆਉਂਦੇ ਉਨੇ ਹੀ ਸਹੀ, ਘਰ ਦੇ ਵਿੱਚ ਰੱਖਣ ਦਾ ਯੋਗ ਵੀ ਨਹੀਂ ਹੋਵੇਗਾ ਉਹ, ਇਸ ਕਰਕੇ ਜਿੰਨੀ ਕੀਮਤ ਉਹਨੂੰ ਮਿਲਦੀ ਹੋਈ ਉਨੀ ਕੀਮਤ 'ਤੇ ਕਿਸਾਨ ਆਪਣੀ ਫਸਲ ਨੂੰ ਵੇਚ ਦੇਵੇਗਾ। ਸੋ ਜਿਹੜੇ ਵੱਡੇ ਵੱਡੇ ਕਿਸਾਨ ਹੋਣਗੇ ਜਿਨ੍ਹਾਂ ਦੀ ਬਹੁਤ ਜ਼ਮੀਨ ਜਾਇਦਾਦਾਂ ਆ, ਜਿਨ੍ਹਾਂ ਨੂੰ ਇਹ ਵਾਰਾ ਖਾਂਦਾ ਹੋਵੇਗਾ, ਉਹ ਤਾਂ ਜਿਹੜੀ ਫਸਲ ਆ ਉਹਨਾਂ ਦੀ ਉਹਨੂੰ ਭੰਡਾਰ ਕਰਕੇ ਰੱਖ ਸਕਦਾ, ਸਟੋਰ ਕਰਕੇ ਰੱਖ ਸਕਦਾ। ਪਰ ਜਿਹੜੇ 85% ਛੋਟੇ ਕਿਸਾਨ ਆ ਉਹਨਾਂ ਦੇ ਹਿੱਤ ਦੇ ਵਿੱਚ ਇਹ ਬਿਲਕੁਲ ਨਹੀਂ ਹੈ, ਉਹ ਇਹਨਾਂ ਨੂੰ ਮਤਲਬ ਵਾਰਾ ਨਹੀਂ ਖਾ ਸਕਦੇ। ਅਤੇ ਵੈਸੇ ਵੀ ਜੇਕਰ ਉਹਨੂੰ ਕਿਸੇ ਹੋਰ ਰਾਜ ਦੇ ਵਿੱਚ ਜਾ ਕੇ 4 ਪੈਸੇ ਵਾਧੂ ਮਿਲਦੇ ਵੀ ਹੋਏ ਤਾਂ ਉੱਥੇ ਫਸਲ ਨੂੰ ਲੈ ਕੇ ਜਾਣ ਦਾ, ਆਉਣ ਜਾਣ ਦਾ ਖਰਚਾ, ਢੋਆ ਢੁਆਈ ਦਾ ਖਰਚਾ, ਲੇਬਰ ਦਾ ਖਰਚਾ, ਉਹ ਸਾਰਾ ਕੁਛ ਪਾ ਕੇ ਉਹਦੀ ਗੱਲ ਜਿਹੜੀ ਆ ਫਿਰ ਉੱਥੇ ਦੀ ਉੱਥੇ ਹੀ ਆ ਜਾਵੇਗੀ, ਉਹਨੂੰ ਕੋਈ ਫਾਇਦਾ ਨਹੀਂ ਹੋਵੇਗਾ, ਉਹਦੇ ਖਰਚੇ ਹੋਰ ਸਗੋਂ ਵੱਧ ਹੀ ਜਾਣਗੇ। ਦੱਸ ਦਈਏ ਕਿ ਬਿਹਾਰ ਸਰਕਾਰ ਨੇ 2006 ਦੇ ਵਿੱਚ APMC ਐਕਟ ਹਟਾ ਦਿੱਤਾ ਸੀ, ਅਤੇ ਉਹਨਾਂ ਦੀਆਂ ਫਸਲਾਂ ਬੇਹੱਦ ਘੱਟ ਮੁੱਲ 'ਤੇ ਵਿਕਦੀਆਂ ਨੇ ਬਿਹਾਰ ਦੇ ਵਿੱਚ ਜਿਹੜੇ ਕਿਸਾਨ ਆ। ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਉੱਥੇ ਬਹੁਤ ਜ਼ਿਆਦਾ ਗਰੀਬੀ ਹੈ, ਬਿਹਾਰ ਦੇ ਲੋਕਾਂ ਨੂੰ ਮਜ਼ਦੂਰੀ ਕਰਨ ਵਾਸਤੇ ਹੋਰ ਰਾਜ ਜਿਵੇਂ ਕਿ ਭਾਰਤ ਦੇ ਵਿੱਚ ਆਉਂਦੇ ਨੇ ਉੱਥੇ ਉਹਨਾਂ ਨੂੰ ਮਜ਼ਦੂਰੀ ਕਰਨ ਵਾਸਤੇ ਜਾਣਾ ਪੈਂਦਾ ਹੈ, ਉਹ ਲੋਕ ਜਿਹੜੇ ਆ ਉਹ ਹੋਰ ਲੋਕਾਂ ਦੇ ਉੱਪਰ ਨਿਰਭਰ ਨੇ। ਅਤੇ ਹਜੇ ਤੱਕ ਇੱਦਾਂ ਦਾ ਕੋਈ ਕਾਨੂੰਨ ਨਹੀਂ ਬਣਿਆ ਜਿਹਦੇ ਵਿੱਚ ਕਿਸਾਨ ਆਪਣੇ ਮੁਤਾਬਕ ਫਸਲ ਦਾ ਆਪ ਮੁੱਲ ਲਾ ਸਕੇ। ਸੋ ਸਰਕਾਰ ਦੇ ਵੱਲੋਂ ਘੱਟ ਤੋਂ ਘੱਟ ਜਿਹੜਾ ਸਮਰਥਨ ਮੁੱਲ ਆ ਇਹ ਜ਼ਰੂਰ ਲਾਉਣਾ ਚਾਹੀਦਾ ਆ, ਜਿਹਦੇ ਨਾਲ ਫਾਇਦਾ ਕੁਝ ਕੁ ਕਿਸਾਨਾਂ ਦਾ ਜ਼ਰੂਰ ਹੋਵੇਗਾ। ਕੋਈ ਵੀ ਵਪਾਰੀ ਉਹਦੇ ਤੋਂ ਘੱਟ ਮੁੱਲ 'ਤੇ ਫਸਲ ਨਹੀਂ ਖਰੀਦ ਸਕੇਗਾ ਅਤੇ ਨਾ ਹੀ ਕਿਸਾਨ ਵੇਚ ਸਕੇਗਾ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਹਨੂੰ ਜੋ ਵੀ ਸਰਕਾਰ ਦੇ ਵੱਲੋਂ ਲਾਇਆ ਹੋਇਆ ਜੁਰਮਾਨਾ ਜਾਂ ਸਜ਼ਾ ਉਹ ਮਿਲੇਗੀ। ਅਤੇ ਉੱਦਾਂ ਵੀ 85% ਕਿਸਾਨ ਤਾਂ ਛੋਟੇ ਕਿਸਾਨ ਆ, ਉਹਨਾਂ ਵਾਸਤੇ ਇਹ ਆਰਡੀਨੈਂਸ ਜਿਹੜੇ ਆ ਬਿਲਕੁਲ ਉਹਨਾਂ ਨੂੰ ਵਾਰੇ ਨਹੀਂ ਖਾਂਦੇ, ਉਹ ਇੱਦਾਂ ਦੇ ਵਪਾਰ ਕਰਨ ਦੇ ਸਮਰੱਥ ਬਿਲਕੁਲ ਨਹੀਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਤੀਜਾ ਆਰਡੀਨੈਂਸ ਆ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ, ਉਹ ਹੈ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ
सशक्तिकरण ते सुरक्षा ऑर्डिनेंस 2020। इस तीजे ऑर्डिनेंस का उद्देश दसया जा रहा है कि खेती दे विच राष्ट्रीय पद्धर का सिस्टम मुहैया करवाना जिदे राही किसानां नूं ताकतवर बनाउणा है तां कि ओह कारोबारी फर्मां प्रोसैसरां थोक वपारियां बरामदकारां अते खेती सेवावां दे नाल सिद्धा टाकरा लै सकण, बल्कि जिहड़ी किसान आ उहनां दा सिद्धा संपर्क वपारियां दे नाल ही करवा देना है, जिहड़ा विचला जिहड़ा कोई दूरी है उहनूं खत्म कर देना है। सिद्धा वह किसान जिहड़े अपनियां फसलां वपारियां नूं वेच सकणगे ते भविख दे विच वी जेकर उहनां कंपनियां दे नाल कोई समझौता करना आ जिन्हां उहनां नूं कोई मुनाफे नूं लैके जां जिन्नी उहनां नूं बचत हुंदी है जां फसलां नूं वेचण दे संबंधी कोई भी समझौता करना आ, कोई कंट्रैक्ट करना आ, ते उह कर सकदे ने। इहनूं सिद्धा सिद्धा कह सकदे आ कि तीजा ऑर्डीनेंस कॉन्ट्रैक्ट ऑर्डीनेंस आ। इस ऑर्डीनेंस दे अनुसार खेत दे विच पैदा होण वाली हर फसल सहायक धंधे जिवें कि डेयरी फार्मिंग, बकरी पालन, सूर पालन, मच्छी पालन ज होर जिन्ने भी आ इन्हां यह सारा कुछ इसे घेरे दे विच आ जाएगा। इहदे तों इलावा फार्म सेवावां, बीज, खेती रसायण, मशीनरी, पशुआं दी खुराक वह सब भी इसे दे अधीन आ जाएंगे। इस मामले दे विच सरकार जिहड़ी वह बिल्कुल बाहर हो गई है, सारा का सारा काम प्राइवेट कंपनियां दे हाथ दे विच चला जाएगा ते कंपनियां जिहड़ियां ने प्राइवेट कंपनियां आ वपारी आ वह फसलों की गुणवत्ता के आधार पर क्वालिटी के आधार पर वधिया मुल लगाउंदियां ने, पर किसान की फसल की जिहड़ी गुणवत्ता आ वह तां किसी भी दिन जां किसी भी समय घट सकती है। मीह आ गया, नेरी आ गई, झखड़ झुल गया ते किसान की फसल बर्बाद अक्सर हो ही जाती है। फिर चीज़ों की फसलों की गुणवत्ता किसान किवें मुहैया करवा सकणगे। दूजी गल कि कंट्रैक्ट फार्मिंग दे विच इह वी हो सकता है कि कंपनियां अपने ही बीज, अपनिया ही दवाइया जड़े छिड़काए आ स्प्रेयां आ वह किसानों नूं मुहैया करवाउण, ते उहदे विच कंपनियां दा मकसद उहनां दा मोटिव यह होवेगा कि फसलां दी वध तो वध पैदावार कीती जा सके जिहदे विच उहनां दा ही फायदा होवे। फिर उत्थे पैदावार वधाउण दे चक्कर दे विच उत्थे भी क्वालिटी जिहड़ी है वह घट जाती है, जिहदे नाल जिहड़ा जिहड़े मर्जी पासों देख लवो घाटे दे विच किसान ही है जां फिर आम लोग भी है। कह सकते हाँ कि किसान जो प्रदर्शन कर रहे ने वह जायज़ है, उहनां दी मंग नूं जरूर सुनना चाहीदा है, नहीं तां पंजाब दी किसानी ते किसान पूरी तरह नाल बर्बाद हो जाए। फिर जिहड़ा राज्यां नूं मालिया घाटा सहना पवेगा वह वखरा, पंजाब नूं एक साल दे विच विच ही काफ़ी वड्डे वित्तीय संकट का सामना करना पै सकता है। पंजाब तां वैसे ही पहला ही देखा जाए तो वित्तीय घाटे के बोझ थले है कि वो कोल पैसे दे तो वैसे ही कमी रहती है, तो जेकर ऑर्डीनेंस पास हो जाते हैं तो पंजाब की हालत होर खस्ता हो जाएगी, सूबियां दे जिहड़े उन्होंने निजी अधिकार आ वह खत्म हो जाएंगे, पिंडां नूं राज्यां नूं जिहड़ियां सरकार सहूलतां मुहैया करवाउंदी है जो फंड दिते जांदे ने उह जां तां बिल्कुल बंद हो जाणगे जां फिर होर घट जाणगे। ते इह सानूं वी पता है कि पहलां पिंडां दा विकास किन्ना कु हो रिहा, सड़कां बन रहीआं, इंफ्रास्ट्रक्चर आ, हस्पताल आ, जां फिर पढ़ाई नूं लै के जो सहूलतां आ उह किन्नियां कु दित्तियां जांदियां ने इह सानूं वी पता आ। ते जेकर इह ऑर्डीनेंस पास हो जांदे ने, फंड होर घट जांदे ने, तां फिर हालत होर बदतर हो सकदी है। इकला किसान ही नहीं, पेंडू शहरी दोनों लोग इहदे नाल प्रभावित होणगे, सरकारां इहदे घाटे हेठ आउणगियां, पर हाँ जिहड़ा सब तों वध ते सिद्धा सिद्धा नुकसान आ उह किसानां दा ते मजदूरां दा ही होवेगा। सो इस जिहड़े खेती ऑर्डीनेंस आ इह सरकार दे वल्लों पास नहीं किते जाणे चाहीदे, लागू नहीं किते जाणे चाहीदे, क्योंकि इहदे नाल हर पास्यों घाटा ही घाटा है। उम्मीद करदे हाँ कि खेती ऑर्डीनेंसां दे संबंधी जिहड़ी जानकारी तुहानूं मुहैया करवाई गई है तुहाडी समझ दे विच पई होवेगी, ते तुसीं भी जिहड़े लोग इहदा पहलां विरोध नहीं करदे सी उह वी हुण इहदा विरोध करनगे क्योंकि इहदा नुकसान ही है हर पास्यों। ताज़ा खबरां ते नवीआं जानकारी भरपूर वीडियोज़ देखण वास्ते सबसक्राइब करो साडा यूट्यूब चैनल सुरखाब टीवी। जेकर तुसी इस वीडियो नू फेसबुक उते देख रहे हो तां साडा फेसबुक पेज रहमत टीवी भी लाइक ते फॉलो कर लो।